ਇਸ ਤੋਂ ਅੱਗੇ ਹੈਗਾ 53 10 ਕਲਰ ਸ਼ਿਫਟ ਦੇ ਵਿੱਚ ਜੌਨ ਡੀਅਰ 19 ਮਾਡਲ ਹੈ, 6,85,000 ਰੁਪਇਆ ਡਿਮਾਂਡ ਹੈ। ਚਾਰ ਟਾਇਰ ਬਿਲਕੁਲ ਓਕੇ ਅਤੇ ਬੇਦਾਗ, ਹਰੀ ਪੇਟੀ ਵਾਲਾ ਇੰਜਨ ਹੈ ਨਾਲੇ ਨਵਾਂ ਜਿਹੜਾ ਟੌਪ ਮਾਡਲ ਦਾ ਹੁੰਦਾ। 60-55 ਕਲਾਸਿਕ ਪ੍ਰੋ ਦੇ ਵਿੱਚ ਹੈ, ਪਾਵਰ ਸਟੇਅਰਿੰਗ ਹੈ, ਹਰਿਆਣਾ ਨੰਬਰ ਹੈ, 19 ਮਾਡਲ ਹੈ, 6,25,000 ਰੁਪਇਆ ਡਿਮਾਂਡ ਹੈ। ਇਸ ਤੋਂ ਇਲਾਵਾ ਟਾਇਰ ਬਿਲਕੁਲ ਅਤੇ ਬੇਦਾਗ ਹੈ ਜੀ, ਸੁਪਰ ਮੈਕਸ ਕਲਾਸਿਕ ਪ੍ਰੋ ਹੈ ਜੀ, ਅਤੇ ਸਪੀਡਾਂ ਇੰਨੀਆਂ ਵੀ ਠੀਕ ਨੇ ਅਤੇ ਪਰ ਜਾਣ ਪੂਰੀ ਰੇਟ ਹੈ ਜੀ। ਅਤੇ 485 ਆਇਸ਼ਰ, 485 ਸਿੰਪਲ ਸਟੇਅਰਿੰਗ ਦੇ ਵਿੱਚ ਹੈ, 20 ਮਾਡਲ ਹੈ, ਟੌਪ ਮਾਡਲ ਹੈ। ਜੇ ਗੱਲ ਕਰੀਏ ਕੰਡੀਸ਼ਨ ਦਾ ਚੰਗਾ ਪਿਆ, ਟਾਇਰ ਸਾਫ਼ ਪਿਆ, ਬਸ ਇਕੱਲਾ ਧੋਤਾ ਨਹੀਂ, ਰੰਗ ਹੋਣੀ ਵਜ੍ਹਾ ਹੈ, ਸੋਰੀ 12 ਮਾਡਲ ਹੈ, ਗਲਤ ਬੋਲ ਗਏ ਸੀ, 3,25,000 ਰੁਪਇਆ ਡਿਮਾਂਡ ਹੈ। ਚਾਰੇ ਟਾਇਰ ਨਵੇਂ ਨੇ, 1,00,000 ਰੁਪਏ ਦੇ ਤਾਂ ਟਾਇਰ ਹੀ ਨੇ ਨਾਲ, ਬਾਕੀ ਤੁਸੀਂ ਟਰੈਕਟਰ ਦੀ ਵੈਲਿਊ ਤੁਸੀਂ ਆਪ ਐਡ ਕਰ ਲਿਆ ਜੀ, ਬਾਅਦ ਚੁੱਕੀ ਰਹਿੰਦਾ। 3 ਸਿਲੰਡਰ ਇੰਜਨ ਹੈ, ਆਇਸ਼ਰ ਟਰੈਕਟਰ ਹੈ ਜੀ, ਠੀਕ ਹੈ, ਬੜਿਆਂ ਦੀ ਡਿਮਾਂਡ ਹੈ। ਮੈਸੀ 9500 ਦੀ ਟਰੈਕ ਚੱਲੀ ਜਾਂਦੀ ਆ, ਦੇਖ ਸਕਦੇ ਤੁਹਾਡੇ ਸਾਹਮਣੇ। ਅਤੇ ਅਗਲੇ ਬੰਨੇ ਨਿਊ ਹੋਲੈਂਡ 5500, ਇਹ ਹੈਗਾ ਜੀ ਫਾਈਬਰ ਛੱਤਰੀ ਲੱਗੀ ਹੋਈ ਆ, ਟੂਲ ਵਾਲੀ, 10 ਮਾਡਲ ਹੈ, 4,70,000 ਰੁਪਇਆ ਡਿਮਾਂਡ ਹੈ। ਅਗਲੇ ਬੰਨੇ ਹੋਰਨ ਲੱਗੇ ਹੋਏ ਨੇ, ਇਹ ਓਇਲ ਇੰਪ੍ਰੈਸਡ ਬ੍ਰੇਕ ਹੈ ਜੀ, ਅਤੇ 12+3 ਦੀ ਸਪੀਡ ਹੈ, ਹਾਈ ਲੋ ਮੀਡੀਅਮ ਹੈ। ਨਾਲ ਹੀ ਜੇ ਗੱਲ ਕਰੀਏ ਇਸਦੇ, ਫਤਿਹਾਵਾਂ ਟਰੈਕਟਰ ਮੰਡੀ ਦੇ ਵਿੱਚ ਖੜ੍ਹੇ ਹੋਏ ਹਾਂ, ਹਰਿਆਣੇ ਦੀ ਮੰਡੀ ਹੈ, ਦਿਨ ਐਤਵਾਰ ਲੱਗਦੀ ਹੈ। ਨਿਊ ਹੋਲੈਂਡ 36-30 ਦੀ ਜੇ ਗੱਲ ਕਰੀਏ, 7 ਮਾਡਲ ਹੈ, 3,45,000 ਰੁਪਇਆ ਡਿਮਾਂਡ ਹੈ। ਸਿੰਪਲ ਸਟੇਅਰਿੰਗ ਹੈ, ਓਇਲ ਇੰਪ੍ਰੈਸਡ ਬ੍ਰੇਕ ਹੈ ਜੀ, ਦੇਖ ਸਕਦੇ ਕੰਡੀਸ਼ਨ ਤੁਹਾਡੇ ਸਾਹਮਣੇ, ਟਰੈਕਟਰ ਦੀ ਰੰਗ ਰੋਗਨ ਦੀ ਟਾਇਰਾਂ ਦੀ ਕੰਡੀਸ਼ਨ ਤੁਹਾਡੇ ਸਾਹਮਣੇ। ਵੀਡੀਓ ਨੂੰ ਸ਼ੇਅਰ ਕਰ ਦਿਉ, ਨਵੇਂ ਲੋਕ ਆਏ ਜੇ ਚੈਨਲ 'ਤੇ ਫੋਲੋ ਕਰ ਲਓ, ਸਬਸਕ੍ਰਾਈਬ ਕਰ ਲਓ ਚੈਨਲ ਨੂੰ। ਭੂਮੀ ਪੁੱਤਰ ਮਾਡਲ 265 DI, ਮਹਿੰਦਰਾ ਦੀ ਜੇ ਗੱਲ ਕਰੀਏ 14 ਮਾਡਲ, 15 ਦੀ RC, ਇਸ ਤੋਂ ਇਲਾਵਾ 3,30,000 ਰੁਪਏ ਡਿਮਾਂਡ ਹੈ। ਸਿੰਪਲ ਸਟੇਅਰਿੰਗ ਹੈ, ਚਾਰੇ ਟਾਇਰ ਨਵੇਂ ਨੇ। ਇਸ ਤੋਂ ਇਲਾਵਾ ਜਿਹੜੇ ਕਿ ਲੋਨ ਹੋ ਜਾਂਦੇ ਆ, NOC ਮਿਲ ਜਾਂਦੀ ਟੌਪ ਮਾਡਲਾਂ ਦੀ, ਨੋ ਓਬਜੈਕਸ਼ਨ ਸਰਟੀਫਿਕੇਟ, NOC ਐਫੀਡੇਵਿਟ ਤਾਂ ਦੇਣਗੇ ਓਲਡ ਜਿਹੜੇ ਬਾਹਲੇ ਪੁਰਾਣੇ ਮਾਡਲ ਨੇ। ਅਤੇ ਉਸ ਤੋਂ ਇਲਾਵਾ ਨਾਮ ਹੋ ਜਾਂਦੇ ਨੇ ਟਰੈਕਟਰ, ਲੋਨ ਹੋ ਜਾਂਦਾ, ਇਸ ਤੋਂ ਵੱਡੀ ਕੋਈ ਚੀਜ਼ ਨਹੀਂ। ਲੋਨ ਆਪਦਾ ਕੁਛ ਡਾਊਨ ਪੇਮੈਂਟ ਕਰਨੀ ਪੈਂਦੀ ਆ, ਜਿੰਨੀ ਕੋ ਕਹਿਣ, ਉਸ ਤੋਂ ਇਲਾਵਾ ਤੁਸੀਂ ਟਰੈਕਟਰ ਲਿਜਾ ਸਕਦੇ ਜੀ। ਅਤੇ 555 DI ਪਾਵਰ ਪਲੱਸ 57 HP ਦੇ ਵਿੱਚ ਟਰੈਕਟਰ ਹੈ, ਅਤੇ ਕਾਫੀ ਸਾਫ਼ ਕੰਡੀਸ਼ਨ ਦਾ ਟਰੈਕਟਰ ਆ, ਪਹਿਲੀ ਵਾਰੀ ਮੈਂ ਮੰਡੀ 'ਚ ਹੁਣ ਵੇਖਿਆ। ਸਾਈਡ ਗੇਅਰ ਹੈ ਜੀ, ਅਤੇ ਡਬਲ ਡਿਸਟ੍ਰੀਬਿਊਟਰ ਹੈ, ਅਤੇ ਦੇਖ ਸਕਦੇ ਕੰਡੀਸ਼ਨ ਤੁਹਾਡੇ ਸਾਹਮਣੇ ਰਾਈਟਰ ਦੀ, ਰੰਗ ਰੋਗਨ, ਟਾਇਰਾਂ ਦੀ ਕੰਡੀਸ਼ਨ ਦੇਖੋ। ਅਤੇ ਇਸ ਤੋਂ ਇਲਾਵਾ ਜੇ ਗੱਲ ਕਰੀਏ ਮਾਡਲ ਵਗੈਰਾ ਦੀ, ਤਾਂ ਇਹਦਾ ਲਿਖਿਆ ਨਹੀਂ ਹੋਇਆ ਹਜੇ ਤੱਕ ਮਾਡਲ, ਕਿਉਂਕਿ ਸਵੇਰੇ ਸਵੇਰੇ ਆ ਜਾਂਦੇ ਰਾਈਟਰ, ਅਤੇ ਮਾਡਲ ਲਿਖਿਆ ਨਹੀਂ ਗਾ। ਇਸ ਤੋਂ ਅੱਗੇ ਹੈਗਾ 53 10 ਕਲਰ ਸ਼ਿਫਟ ਦੇ ਵਿੱਚ ਜੌਨ ਡੀਅਰ, 19 ਮਾਡਲ ਹੈ, 6,85,000 ਰੁਪਇਆ ਡਿਮਾਂਡ ਹੈ। ਚਾਰੇ ਟਾਇਰ ਬਿਲਕੁਲ ਓਕੇ ਅਤੇ ਬੇਦਾਗ, ਹਰੀ ਪੇਟੀ ਵਾਲਾ ਇੰਜਨ ਹੈ ਨਾਲੇ ਨਵਾਂ ਜਿਹੜਾ ਟੌਪ ਮਾਡਲ ਦਾ ਹੁੰਦਾ। 60-55 ਕਲਾਸਿਕ ਪ੍ਰੋ ਦੇ ਵਿੱਚ ਹੈ, ਪਾਵਰ ਸਟੇਅਰਿੰਗ ਹੈ, ਹਰਿਆਣਾ ਨੰਬਰ ਹੈ, 19 ਮਾਡਲ ਹੈ, 6,25,000 ਰੁਪਇਆ ਡਿਮਾਂਡ ਹੈ। ਇਸ ਤੋਂ ਇਲਾਵਾ ਟਾਇਰ ਬਿਲਕੁਲ ਅਤੇ ਬੇਦਾਗ ਹੈ ਜੀ, ਸੁਪਰ ਮੈਕਸ ਕਲਾਸਿਕ ਪ੍ਰੋ ਹੈ ਜੀ, ਅਤੇ ਸਪੀਡਾਂ ਇੰਨੀਆਂ ਵੀ ਠੀਕ ਨੇ ਅਤੇ ਪਰ ਜਾਣ ਪੂਰੀ ਹੈ ਰੇਟ ਹੈ। ਅਤੇ ਆਇਸ਼ਰ 241 ਸਿੰਪਲ ਸਟੇਅਰਿੰਗ ਦੇ ਨਾਲ, ਮਰੂਤੀ ਵਾਲਾ ਸਟੇਅਰਿੰਗ ਹੈ, 20 ਮਾਡਲ ਹੈ, 2,90,000 ਰੁਪਇਆ ਡਿਮਾਂਡ ਹੈ। ਜੇ ਗੱਲ ਕਰੀਏ ਸਿੰਪਲ ਸਟੇਅਰਿੰਗ ਦੇ ਵਿੱਚ, ਓਇਲ ਇੰਪ੍ਰੈਸਡ ਬ੍ਰੇਕ ਕਰ ਰੱਖਿਆ ਜੀ, OID। ਅਤੇ ਅਗਲੇ ਬੰਨੇ ਪਾਵਰ ਟਰੈਕ ਡੀਜ਼ਲ ਸੇਵਰ ਪਲੱਸ,
50 HP ਦਾ ਟਰੈਕਟਰ ਹੈ, ਪਾਵਰ ਸਟੀਅਰਿੰਗ ਟਰੈਕਟਰ ਹੈ। ਜੇ ਗੱਲ ਕਰੀਏ 17 ਮਾਡਲ ਹੈ, 4,50,000 ਰੁਪਇਆ ਡਿਮਾਂਡ ਹੈ। ਇਸ ਤੋਂ ਇਲਾਵਾ ਸੋਨਾਲੀਕਾ 745 15 ਮਾਡਲ ਹੈ ਅਤੇ 3,90,000 ਰੁਪਇਆ ਡਿਮਾਂਡ ਹੈ, ਹਰਿਆਣਾ ਨੰਬਰ ਹੈ ਜੀ। ਅਤੇ ਜੇ ਗੱਲ ਕਰੀਏ ਓਇਲ ਇੰਪ੍ਰੈਸਡ ਬ੍ਰੇਕ ਆ, ਪਾਵਰ ਸਟੀਅਰਿੰਗ ਟਰੈਕਟਰ ਹੈ ਜੀ, ਅਤੇ ਟਾਇਰ ਚੰਗੇ ਪੂਰੇ ਨਵੇਂ ਨੇ, 4 ਟਾਇਰ ਨਵੇਂ ਨੇ, ਇੰਟਰਨੈਸ਼ਨਲ ਹੈ ਜੀ। ਅਤੇ 5036D ਜੌਨ ਡੀਅਰ 5036D ਦੀ ਜੇ ਗੱਲ ਕਰੀਏ 20 ਮਾਡਲ ਹੈ, 4,40,000 ਰੁਪਇਆ ਡਿਮਾਂਡ ਹੈ। ਅਗਲੇ ਟਾਇਰ ਬਿਲਕੁਲ ਨਵੇਂ, ਅਗਲੇ ਫੈਂਡਰ ਲੱਗੇ ਹੋਏ, ਮਗਰਾਟ ਲੱਗੇ ਹੋਏ ਨੇ। ਇਸ ਤੋਂ ਇਲਾਵਾ ਬੈਕ ਟਾਇਰਾਂ ਦੀ ਗੱਲ ਕਰੀਏ, ਬੇਦਾਗ ਅਤੇ ਪੱਕੇ ਟਾਇਰ ਹੈ। ਇੱਕ ਆ ਤੁਹਾਨੂੰ ਦਿਖਾਉਣੇ, ਜਗਾੜ ਲਾਤਾ, ਪੈਪ ਵਿੱਚ ਠੋਕ ਕੇ ਵੈਲਡ ਕਰਤੀ, ਸਲੈਂਸਰ ਲਾਉਣ ਦੇ ਪਿੱਛੇ ਆਹ ਪੈਪ ਲਾਤੀ ਸਟੀਲ ਵਾਲੀ ਪੱਕੀ। ਅਤੇ ਅਗਲੇ ਬੰਨੇ ਸੋਨਾਲੀਕਾ 735 39 ਕੈਟਾਗਰੀ ਦਾ ਟਰੈਕਟਰ ਹੈ। ਅਤੇ ਜੇ ਗੱਲ ਕਰੀਏ ਕੰਡੀਸ਼ਨ ਪੂਰੀ ਸਾਫ ਦਾ ਟਰੈਕਟਰ ਹੈ, 19 ਮਾਡਲ ਹੈ, ਬੀਮਾ ਫੁੱਲ ਹੈਗਾ ਜੀ, 3.5 ਲੱਖ ਰੁਪਇਆ ਡਿਮਾਂਡ ਹੈ, ਬੀਮਾ ਨਾਲ ਦੇਣਗੇ, ਸਿੰਪਲ ਸਟੀਅਰਿੰਗ ਹੈ। ਅਤੇ ਦੇਖ ਸਕਦੇ ਕੰਡੀਸ਼ਨ ਪੂਰੀ ਸਾਫ ਦਾ ਟਰੈਕਟਰ ਪਿਆ, ਅਗਲੇ ਟਾਇਰ ਬਿਲਕੁਲ ਨਵੇਂ ਨੇ, ਮਗਰਲੇ 30-40%। 750 ਸੋਨਾਲੀਕਾ 56 ਮਾਡਲ ਹੈ, ਇੰਟਰਨੈਸ਼ਨਲ HDM 19 ਮਾਡਲ ਹੈ, ਟੋਪ